ਲਾਜ ਆਫ ਐਕਸਪੋਨੈਂਟਸ, ਜਦੋਂ ਵੀ ਕੋਈ ਅਸੀਂ ਐਕਸਪੋਨੈਂਟਸ ਦੇ ਸਮ ਸੋਲਵ ਕਰਨੇ ਆ ਉਹਦੇ ਲਈ ਸਾਡੇ ਕੋਲ ਕੁਝ ਲਾਜ ਨੇ। ਨੰਬਰ 1, ਏ ਦੀ ਪਾਵਰ ਐਮ ਇੰਟੂ ਏ ਦੀ ਪਾਵਰ ਐਨ। ਜਦੋਂ ਸਾਡੇ ਕੋਲ ਬੇਸ ਸੇਮ ਆ, ਪਾਵਰ ਸਾਡੇ ਕੋਲ ਅਲੱਗ ਅਲੱਗ ਆ, ਤਾਂ ਸਾਡੀਆਂ ਪਾਵਰਸ ਐਡ ਹੋ ਜਾਂਦੀਆਂ ਨੇ। ਬੇਸ ਸੇਮ ਲੱਗ ਕੇ ਪਾਵਰ ਐਡ ਹੋ ਜਾਂਦੀ ਹੈ। ਏ ਐਮ ਇੰਟੂ ਏ ਐਨ, ਇਹ ਹੋ ਗਿਆ ਏ, ਬ੍ਰੈਕਟ ਵਿੱਚ ਏ ਲਿਖ ਕੇ ਪਾਵਰ ਐਮ ਪਲੱਸ ਐਨ ਐਡ ਹੋ ਗਈ। ਨੰਬਰ 2, ਏ ਦੀ ਪਾਵਰ ਐਮ ਡਿਵਾਈਡ ਏ ਦੀ ਪਾਵਰ ਐਨ, ਜਾਂ ਫਿਰ ਇਹਨੂੰ ਲਿਖਿਆ ਹੋਊਗਾ ਏ ਦੀ ਪਾਵਰ ਐਮ ਓਵਰ ਏ ਦੀ ਪਾਵਰ ਐਨ। ਇਹਦੇ ਵਿੱਚ ਵੀ ਸਾਡੇ ਕੋਲ ਬੇਸ ਸੇਮ ਆ ਅਤੇ ਪਾਵਰਸ ਅਲੱਗ ਅਲੱਗ ਨੇ, ਇਹਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ? ਏ ਦੀ ਪਾਵਰ ਐਮ ਮਾਈਨਸ ਐਨ। ਜਦੋਂ ਅਸੀਂ ਬੇਸ ਸਾਡੇ ਕੋਲ ਸੇਮ ਆ, ਅਸੀਂ ਨੀਚੇ ਵਾਲੀ ਪਾਵਰ ਨੂੰ ਉੱਪਰ ਲੈ ਕਰ ਜਾਣਾ, ਤਾਂ ਸਾਡੇ ਕੋਲ ਇਹਦੀ ਨੈਗੇਟਿਵ ਪਾਵਰ ਹੋ ਜੂ ਐਮ ਮਾਈਨਸ ਐਨ। ਨੰਬਰ 3, ਏ ਦੀ ਪਾਵਰ ਐਮ ਇੰਟੂ ਐਨ। ਜਦੋਂ ਸਾਡੇ ਕੋਲ ਕੋਈ ਨੰਬਰ ਜਾਂ ਕੋਈ ਡਿਜਿਟ ਹੋਵੇ, ਉਹਦੀ ਪਾਵਰ ਫਿਰ ਅੱਗੇ ਉਹਦੀ ਪਾਵਰ ਹੋਵੇ, ਤਾਂ ਇਹ ਪਾਵਰ ਮਲਟੀਪਲਾਈ ਹੋ ਜਾਂਦੀ ਹੈ, ਏ ਦੀ ਪਾਵਰ ਐਮ ਐਨ। ਇਹਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ। ਨੰਬਰ 4, ਏ ਦੀ ਪਾਵਰ ਐਮ ਇੰਟੂ ਬੀ ਦੀ ਪਾਵਰ ਐਮ। ਇਹਦੇ ਵਿੱਚ ਕੀ ਆ, ਸਾਡੇ ਕੋਲ ਬੇਸ ਅਲੱਗ ਅਲੱਗ ਆ, ਪਾਵਰ ਸਾਡੇ ਕੋਲ ਸੇਮ ਆ ਦੋਨਾਂ ਦੀ, ਤਾਂ ਅਸੀਂ ਜਿਹੜੇ ਬੇਸ ਆ ਉਹਨਾਂ ਨੂੰ ਮਲਟੀਪਲਾਈ ਕਰ ਦਾਂਗੇ, ਫਿਰ ਪਾਵਰ ਲਿਖ ਦਾਂਗੇ, ਕਿਉਂਕਿ ਪਾਵਰ ਫਿਰ ਸਾਡੇ ਕੋਲ ਸੇਮ ਕਰਕੇ ਇੱਕ ਵਾਰ ਲਿਖੀ ਜਾਣੀ ਹੈ ਅਤੇ ਬੇਸ ਨੂੰ ਮਲਟੀਪਲਾਈ ਕਰ ਦਾਂਗੇ। ਨੰਬਰ 5, ਏ ਦੀ ਪਾਵਰ 0। ਜਦੋਂ ਕਿਸੇ ਜਿਹੜਾ ਇੰਟੀਜ਼ਰ ਆ ਉਹਦੀ ਪਾਵਰ 0 ਹੋਵੇ, ਤਾਂ ਹਮੇਸ਼ਾ 1 ਦੇ ਬਰਾਬਰ ਹੁੰਦੇ, ਚਾਹੇ ਏ ਦੀ ਜਗ੍ਹਾ 2 ਹੋਵੇ, 3 ਹੋਵੇ, ਚਾਹੇ 9 ਹੋਵੇ, ਚਾਹੇ 10 ਹੋਵੇ, ਤਾਂ ਪਾਵਰ ਸਾਡੇ ਕੋਲ 0 ਹੋਊਗੀ, ਤਾਂ ਹਮੇਸ਼ਾ 1 ਦੇ ਬਰਾਬਰ ਹੋ। ਨੰਬਰ 6, ਏ ਦੀ ਪਾਵਰ ਐਮ ਓਵਰ ਬੀ ਦੀ ਪਾਵਰ ਐਮ। ਜਦੋਂ ਸਾਡੇ ਕੋਲ ਬੇਸ ਅਲੱਗ ਅਲੱਗ ਆ, ਤਾਂ ਸਾਡੇ ਕੋਲ ਪਾਵਰ ਸੇਮ ਨੇ, ਪਰ ਸਾਡੇ ਕੋਲ ਉਹ ਡਿਵੀਜ਼ਨ ਦੇ ਵਿੱਚ ਆ, ਤਾਂ ਅਸੀਂ ਕੀ ਕਰਨਾ, ਬੇਸ ਦੋਨੋਂ ਲਿਖ ਕੇ ਬ੍ਰੈਕਟ ਪਾ ਕੇ ਪਾਵਰ ਲਿਖ ਦੇਣੀ ਆ। ਇਹ ਸੀਗਾ ਸਾਡੇ ਕੋਲ ਲਾਜ਼ ਆਫ ਦੀ ਐਕਸਪੋਨੈਂਟਸ। ਸਾਡੇ ਕੋਲ ਕੁਝ ਰੂਲ ਆ
ਜਿਨ੍ਹਾਂ ਦੇ ਨਾਲ ਅਸੀਂ ਸਮ ਆਪਦੇ ਸੋਲਵ ਕਰ ਸਕਦੇ ਹਾਂ। ਅਤੇ ਅੱਗੇ ਇੱਕ ਸਮ ਕਰਦੇ ਹਾਂ ਅਸੀਂ ਇਹਨਾਂ ਰਿਲੇਟਡ। ਐਗਜ਼ਾਮਪਲ ਪੀ ਦੀ ਪਾਵਰ 3 ਇੰਟੂ ਪੀ ਦੀ ਪਾਵਰ -10। ਇਹਨੂੰ ਅਸੀਂ ਸਿੰਪਲੀਫਾਈ ਕਰਨਾ ਅਤੇ ਐਕਸਪੋਨੈਂਸ਼ੀਅਲ ਫੋਰਮ ਦੇ ਵਿੱਚ ਲਿਖਣਾ। ਕਿਵੇਂ ਲਿਖਾਂਗੇ ਅਸੀਂ ਇਹਨੂੰ? ਪੀ ਦੀ ਪਾਵਰ 3 ਇੰਟੂ ਪੀ ਦੀ ਪਾਵਰ -10। ਇਹਦੀ ਕੋਈ ਬੇਸ ਸਾਡੇ ਕੋਲ ਸੇਮ ਆ ਜਿਵੇਂ ਅਸੀਂ ਲਾਸਟ ਪੜ੍ਹਿਆ। ਬੇਸ ਜਦੋਂ ਸੇਮ ਹੋਵੇ ਤਾਂ ਅਸੀਂ ਪਾਵਰ ਨੂੰ, ਪਾਵਰ ਸਾਡੇ ਕੋਲ ਅਲੱਗ ਅਲੱਗ ਹੈ, 3 -10 ਆਹ ਵਾਲਾ ਲਾਸਟ ਲਾ ਸਕਦੇ ਹਾਂ। ਪੀ ਇਜ ਈਕਲ ਟੂ -7। ਇਹਨੂੰ ਅਸੀਂ 1/p ਦੀ ਪਾਵਰ 7 ਵੀ ਲਿਖ ਸਕਦੇ ਹਾਂ। ਇਹ ਸਾਡੇ ਕੋਲ ਸੀਗੇ ਲਾਜ਼ ਆਫ ਦੀ ਐਕਸਪੋਨੈਂਟ। ਜੇ ਤੁਹਾਨੂੰ ਇਹ ਸਮਝ ਲੱਗ ਗਈ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।